ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, आप देख रहे हैं प्राइम न्यूज 24, मैं हूं कृतिका। पंजाब में 17 मई तक कर्फ्यू लागू किया गया है। उसी दौरान सभी प्रशासनिक अधिकारियों द्वारा कहा जा रहा है कि सोशल डिस्टेंस बनाकर रखें। लेकिन सोशल डिस्टेंस की अगर बात करें तो हम आपको बटाला की कुछ ऐसी तस्वीरें दिखाना चाहते हैं जो ग्राउंड लेवल पर ली गई हैं, और वहाँ प्रशासनिक अधिकारी के दफ्तर के बाहर आपको भारी भीड़ देखने को मिल रही है। लोग SDM के दफ्तर के बाहर खड़े हैं परमिशन लेने को, लेकिन इन लोगों को मिल रहे हैं प्रशासनिक अधिकारियों की तरफ से धक्के। लोग सुबह से भूखे दफ्तर के बाहर खड़े कोई शादी और शहर से बाहर जाने की परमिशन को लेकर भारी दिक्कत का सामना कर रहे हैं। जब मीडिया ने SDM बलविंदर सिंह को इस सारी दिक्कत के लिए पूछा तो उन्होंने मीडिया के सामने आने से मना कर दिया और जारी हेल्पलाइन नंबर पर बात करने के लिए कहा गया। लेकिन जब लोगों से हेल्पलाइन नंबर के बारे में पूछा गया तो उन्होंने कहा कि जो हेल्पलाइन नंबर जारी किया गया है उस पर बात नहीं हो पाती और ना ही मैसेज का कोई जवाब दिया जाता है। प्राइम न्यूज 24 के लिए जतेंद्र कुंडल की रिपोर्ट। ਕਿਤੇ ਸਾਰੇ ਲੜਕੇ ਸ਼ਾਦੀ ਲਾਕਡਾਊਨ ਤੋਂ ਪਹਿਲਾਂ ਤਾਂ ਰਜਾਇਦਾ ਵਿਆਹ ਤੇ ਉਹ ਕਹਿ ਰਹੇ ਕਿ ਚਲੋ ਢਿੱਲ ਹੋ ਜਾਏਗੀ, ਅਸੀਂ ਦੇਖਾ ਹੀ ਚੱਲਦਾ ਰਹਿਣਾ ਕੰਮ ਤੇ, ਚਲੋ ਕਰੀਏ ਕੰਮ ਨਹੀਂ ਬੜੀ, ਦੋ ਚਾਰ ਜਣੇ ਜਾਏਂਗੇ ਤਾਂ ਵਿਆਹ ਸ਼ਾਦੀ ਕਰਕੇ ਆ ਜਾਂਗੇ ਲੋਕਲੀ ਮੈਂ ਸਿੰਪਲ ਚੌਕ ਮੈਂ ਜਾਣਾ ਕੁੜੀ ਵਾਲੇ, ਉਹ ਕੁੜੀ ਵਾਲੇ ਵੀ ਆਏ ਆ ਸੁਬਹ ਕੇ 9 ਵਜੇ ਤੇ ਹਮ ਵੀ ਆਏ ਹਾਂ ਬੁਖੇ ਬਾਨੇ ਹਮਾਰੀ ਯੇ ਕਹਤੇ ਆ ਚਲੋ ਕਭੀ ਠਹਿਰ ਕੇ ਆਏ ਚਾਹੇ ਗੁਰਦਾਸਪੁਰ ਜਾਏ ਯਹੀ ਵਹੀ ਘੁੰਮ ਰਹੇ ਹਾਂ ਦੁੱਪੇ ਬੈਠੇ ਹਾਂ ਕੋਈ ਬਾਤ ਨਹੀਂ ਪੁੱਛ ਰਹਾ। ਇਹ ਮੇਰੇ ਗੈਸਟ ਆਏ ਆ ਜੰਮੂ ਤੋਂ ਆਏ ਆ, ਇਹਨਾਂ ਨੂੰ ਵਾਪਸ ਭੇਜਣਾ ਵਾ, ਮੈਂ ਪਰਮਿਸ਼ਨ ਲੈਣ ਆਇਆ ਸੀ ਇੱਥੇ, ਮੈਂ ਸਵੇਰ ਦਾ ਆਇਆ ਇੱਥੇ, ਕਦੇ ਕਹਿੰਦੇ ਗੁਰਦਾਸਪੁਰ ਰੋਡ ਤੋਂ ਜਾਓ, ਕਦੇ ਕਦੇ 3 ਵਜੇ ਆਓ, ਕਦੇ ਕਦੇ ਸ਼ਾਮੀ ਆਓ, ਪਰਮਿਸ਼ਨ ਨਹੀਂ ਦੇ ਰਹੇ, ਇੱਕ ਇੱਕ ਕਰਕੇ ਵੀ ਨਹੀਂ ਛੱਡ ਰਹੇ, ਇਹ ਪ੍ਰੋਬਲਮ ਬਹੁਤ ਹੈ। ਇਹਨਾਂ ਬੱਚੇ ਉੱਥੇ ਆ, ਇਹ ਇਕੱਲੇ ਇੱਥੇ ਫਸੇ ਆ, ਇਹਨਾਂ ਨੂੰ ਛੱਡਣ ਵਾਸਤੇ ਪਰਮਿਸ਼ਨ ਚਾਹੀਦੀ ਹੈ। ਕੀ ਹੁਣ ਕੀ ਕਹਿੰਦੇ? ਉਹ ਕਹਿੰਦੇ 3 ਵਜੇ ਆਓ, ਕੋਈ ਰਿਸਪੋਂਸ ਹੁੰਦਾ? ਕੁਛ ਰਿਸਪੋਂਸ ਨਹੀਂ ਹੈਗਾ, ਧੱਕੇ ਵੱਜਣ ਡਿਆ। ਜਿਹੜਾ ਪਰਸਨ ਬਾਕਵੀ ਆ ਉਹ ਜਾ ਰਹੇ ਅੰਦਰ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਬੈਠੇ ਸਿਰੇ ਧੁੱਪੇ ਬੈਠੇ ਆ। 9 ਵਜੇ ਅਸੀਂ 10 ਵਜੇ ਦੇ ਇੱਥੇ ਖੜੇ ਹਾਂ ਜੀ, 8 ਵਜੇ ਦੇ, ਠੀਕ ਹੈ। ਕੁਝ ਬੰਦੇ 8 ਵਜੇ ਦੇ ਵੀ ਆਏ, ਕੁਝ ਸਵੇਰੇ 4 ਵਜੇ ਦੇ ਵੀ ਇੱਥੇ ਆ ਕੇ ਖੜੇ ਪਾਸ ਲੈਣ ਵਾਸਤੇ। ਫਰਮੈਸ਼ੀਆਂ ਨੂੰ ਪਾਸ ਜਾਰੀ ਹੋ ਰਹੇ ਆ, ਪਿੱਛਿਓਂ ਦੀ ਜਾ ਕੇ ਕੰਮ ਹੋ ਰਹੇ ਆ, ਕੁਝ ਅੰਦਰੋਂ ਆ ਕੇ ਬਾਹਰੋਂ ਆਵਾਜ਼ਾਂ ਮਾਰ ਕੇ ਅੰਦਰ ਖੜੇ ਜਾ ਰਹੇ ਬੰਦੇ। ਹੁਣੇ ਬੰਦੇ ਗੱਡੀ ਲਾ ਕੇ, ਜਿਹੜੇ ਜਿੱਦਾਂ ਦੀ ਗੱਲਬਾਤ ਆ ਅੰਦਰ ਪੂਰੀ, ਉਹ ਗੱਡੀ ਲਾ ਕੇ ਸਿੱਧੇ ਅੰਦਰ ਵੜ ਗਏ ਆ, ਸਾਨੂੰ ਧੱਕੇ ਮਾਰ ਕੇ 10 ਵਾਰੀ ਬਾਹਰ ਕੱਢ ਦਿੱਤਾ। ਅਸੀਂ ਸਵੇਰ ਦੇ ਆ ਕੇ ਇੱਥੇ ਖੜੇ ਹਾਂ ਜੀ, ਮੀਟਿੰਗ ਹੋ ਰਹੀ ਹੈ, ਪਰਮਿਸ਼ਨ ਦੇ ਅਸੀਂ ਪਰਮਿਸ਼ਨ ਲੈਣੀ ਹੈ, ਗੱਡੀ ਟਿੱਪਰੇ ਆ ਜੀ ਸਾਡੇ ਰੇਤਾ ਬੈਰੀ ਵਾਸਤੇ। ਕਿਹੜੇ ਆਫਿਸ ਆਏ ਤੁਸੀਂ? SDM ਆਫਿਸ ਬਟਾਲਾ, ਇੱਥੇ ਅਸੀਂ ਪਹੁੰਚੇ ਹਾਂ ਜੀ।